एक कुड़ी दी एक मुंडे दी इहदे बारे की कहना चाहोगे, कोई शनाख्त हुंदी है? देखो जी, शनाख्त तां कोई नहीं, आले दुआले असीं पिंडां दे विच पुछ लिया आ, पर इह जदों डिग्गी आ कोई साडा राही इक तुरा जांदा सीगा, ओह कितें बाथरूम करन गया, ओह अचानक देख के फिर मैनूं फोन कीता ते आपां फिर थाणे इनफॉर्म कीता, सारी पंचायत नूं सद्या इत्थे, हौली हौली सारा नगर इकट्ठा हो गया, पर गुरद्वारा साहब भी अनाउंसमेंट कराई है, पिंड दे विच वी गुमशुदगी की कोई इदां दी है नहीं, ਅਤੇ ਇਹਦੇ ਬਾਰੇ ਜੇ ਕੋਈ ਪਤਾ ਨਹੀਂ ਗਾ ਵੀ ਇਹ ਸਰ ਕੀ ਅੱਜ ਹੀ ਗਿਰੇ ਸੀ ਇਹ ਬੱਚੇ? ਨਹੀਂ, ਇਹ ਨਹੀਂ ਕਹਿ ਸਕਦੇ ਜੀ, ਲੱਗਦਾ ਤਾਂ ਇੱਦਾਂ ਵੀ 2-4 ਦਿਨ ਪਹਿਲਾਂ ਦਾ ਆ। ਹਾਂਜੀ, ਕਾਫੀ ਫੁੱਲ ਕੇ ਜਿੱਦਾਂ ਬੋਡੀ ਉੱਪਰ ਆ ਗਈ ਆ। ਹੋਈ ਆ ਅਤੇ ਸਰ ਤੁਸੀਂ ਪਿੰਡ ਦੇ ਸਰਪੰਚ ਹੈਗੇ ਹੋ? ਮੇਰੇ ਵਾਈਫ ਸਰਪੰਚ। ਕੋਈ ਵੈਰੀਫਾਈ ਨਹੀਂ ਹੋਇਆ? ਕੋਈ ਨਹੀਂ, ਕੋਈ ਨਹੀਂ ਹਜੇ, ਕੋਈ ਵੀ ਬੱਚਾ ਵੈਰੀਫਾਈ ਨਹੀਂ ਹੋਇਆ? ਕੋਈ ਨਹੀਂ, ਪਿੰਡ 'ਚੋਂ ਹੈ ਨਹੀਂ ਕੋਈ ਇੱਦਾਂ ਦਾ ਗੁੰਮਸ਼ੁਦਗੀ ਨਹੀਂ ਹੈ। ਕਿੱਦਾਂ ਮਤਲਬ ਬਾਹਰਲੇ ਬੱਚੇ ਲੱਗਦੇ ਹੈ? ਲੱਗਦਾ ਤਾਂ ਇੱਦਾਂ ਹੀ ਆ, ਕੋਈ ਪ੍ਰਵਾਸੀ ਜਿੱਦਾਂ ਹੁੰਦੇ ਜਾਂ ਬਾਕੀ, ਹੁਣ ਦੇਖੋ ਵਰਦੀਆਂ ਦੇਖ ਕੇ ਤਾਂ ਇੱਦਾਂ ਲੱਗਦਾ ਸਕੂਲ ਵਾਲੇ ਹੋਣਗੇ ਜਾਂ ਕੀ, ਪਰ ਐਡੇ ਛੋਟੇ ਬੱਚੇ ਇੱਥੇ ਆ ਕੇ ਡਿੱਗਣ ਤਾਂ ਕੋਈ ਗੱਲ ਅਣਹੋਣੀ ਜੇ ਲੱਗਦੀ ਆ, ਕੋਈ ਜਾਂ ਤਾਂ ਕੋਈ ਕਿਸੇ ਨੇ ਘਟਨਾ ਕੀਤੀ ਆ, ਰੱਬ ਜਾਣੇ ਕੀ ਆ, ਛੋਟੇ ਬੱਚਿਆਂ ਦਾ ਤਾਂ ਇੱਥੇ ਕੰਮ ਨਹੀਂ ਕੋਈ ਇੱਦਾਂ। ਠੀਕ ਠੀਕ ਆ ਸਰ। ਤਕਰੀਬਨ 2:30 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਸੀ ਪਿੰਡ ਦੇ ਵਿੱਚੋਂ ਕਿ ਜੇ ਪਿੰਡ ਦਾ ਜੋ ਇਹ ਛੱਪੜ ਹੈ ਸਲੇਮਪੁਰ ਰੋਡ 'ਤੇ, ਇਹਦੇ ਵਿੱਚ ਕੋਈ 2 ਡੈੱਡ ਬੋਡੀਜ਼ ਤੈਰ ਰਹੀਆਂ ਨੇ। ਤੁਰੰਤ ਮੌਕੇ 'ਤੇ ਪਹੁੰਚ ਕੇ SHO ਕਤਾਰਾ ਵੱਲੋਂ ਉਹ ਬੋਡੀਜ਼ ਨੂੰ ਬਾਹਰ ਕਢਵਾਇਆ ਗਿਆ। ਹੁਣ ਤੱਕ ਜੋ ਹੈ 2 ਬੱਚਿਆਂ ਦੀਆਂ ਬੋਡੀਜ਼ ਆ, ਇੱਕ ਬੱਚਾ ਇੱਕ ਬੱਚੀ ਹੈ, ਉਹਨਾਂ ਦੀਆਂ ਬੋਡੀਜ਼ ਉਮਰ ਹੋਣੀ ਤਕਰੀਬ 10 ਤੋਂ 12 ਸਾਲ, ਅਤੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਇਡੈਂਟੀਫਾਈ ਕਰਕੇ ਉਹਨਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਕੀਤਾ ਜਾਊਗਾ ਅਤੇ ਉਸਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਠੀਕ ਹੈ ਸਰ। ਕੋਈ ਆਸ ਪਾਸ ਕੰਪਲੇਂਟ ਨਹੀਂ ਸੀ ਇਹਨਾਂ ਦੀ, ਕੋਈ ਮਿਸਿੰਗ ਕੰਪਲੇਂਟ ਹੋਵੇ ਬੱਚਿਆਂ ਦੀ? ਪਤਾ ਕੀਤਾ ਜਾ ਰਿਹਾ, ਹੁਣ ਤੱਕ ਇਸ ਪਤਾਰੇ ਥਾਣੇ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੈ ਮਿਸਿੰਗ ਦੀ। ਆਸ ਪਾਸ ਦੇ ਪੁਲਿਸ ਸਟੇਸ਼ਨਾਂ ਨਾਲ ਵੀ ਰਾਬਤਾ ਕਾਇਮ ਕਰਕੇ ਉਹਨਾਂ ਤੋਂ ਮਿਸਿੰਗ ਬੱਚਿਆਂ ਦੀ ਕੰਪਲੇਂਟ ਬਾਰੇ ਪਤਾ ਕੀਤਾ ਜਾ ਰਿਹਾ। ਇਹਨਾਂ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਕਿ ਕੌਣ ਆ ਬੱਚੇ ਕੌਣ ਨਹੀਂ? ਹਜੇ ਤੱਕ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੋ ਸਕੀ। ਠੀਕ ਹੈ।